ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ 'ਤੇ ਨਜ਼ਰ। ਅੱਜ 9 ਨਵੰਬਰ ਦਿਨ ਹੈਗਾ ਜੀ, ਮੰਗਲਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500 4082720 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀ ਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 5098-374-4541 ਦੇ ਉੱਤੇ। ਪਰਮਜੀਤ ਕੌਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵਰਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਟੇਟਕਿਆਣਾ ਇਮੀਗ੍ਰੇਸ਼ਨ ਲਾਅ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਟਕਿਆਣਾ 415-909-0503। ਜ਼ੈਂਡਰ ਮੋਰਗੇਜ ਅਤੇ ਰੀਅਲ ਅਸਟੇਟ, ਹੋਮ ਲੋਨਸ ਅਤੇ ਕਮਰਸ਼ਲ ਲੋਨਸ ਦੇ ਲਈ ਕਾਲ ਮੋਹਨ ਚੀਮਾ 5599-052-575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਜਾਈਏ ਸ਼ੁਰੂ। ਕਹਿੰਦੇ ਸਿੱਧੂ ਆਖਿਰ ਖੁਸ਼ ਹੋਇਆ, AG ਦਾ ਅਸਤੀਫਾ ਹੋਇਆ ਮਨਜ਼ੂਰ। ਸਿੱਧੂ ਖੁਸ਼ ਹੋਇਆ ਪਰ ਖੁਸ਼ ਰਹੂਗਾ ਕਿੰਨੇ ਦਿਨ, ਇਹਦੀ ਕੋਈ ਗਰੰਟੀ ਨਹੀਂ ਹੈ। ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਸੁਭਾਅ ਤੁਹਾਨੂੰ ਪਤਾ ਹੀ ਹੈ, ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਿਸ ਤਰ੍ਹਾਂ ਦੀ ਹੈ ਤੁਹਾਨੂੰ ਪਤਾ ਹੀ ਹੈ। ਪਰ ਵੱਡਾ ਦਿਨ ਸੀ ਅੱਜ, ਵੈਸੇ ਜੇ ਦੇਖੀਏ ਤੇ ਹੁਣ ਸਮਾਂ ਹੀ ਵੱਡਾ ਆ, ਕਿਉਂਕਿ ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਆ ਉਹ ਲੈ ਜਾ ਰਹੇ ਆ। ਤਾਂ ਅੱਜ ਫੈਸਲਿਆਂ ਦਾ ਦਿਨ ਸੀ, ਅੱਜ ਦਿਨ ਹਸ਼ਰ ਦਾ, ਜਿਵੇਂ ਗਾਣਾ ਸੀਗਾ ਨਾ, ਅੱਜ ਦਿਨ ਹਸ਼ਰ ਦਾ ਤੇ ਅੱਜ ਬਹੁਤ ਵੱਡੇ ਫੈਸਲੇ ਲੈ ਜਾਂਦੇ ਆ। ਤਾਂ ਕਿਹੜੇ ਆ, ਆਪਾਂ ਉਹਨਾਂ ਤੇ ਥੋੜੀ ਜਿਹੀ ਝਾਤ ਮਾਰ ਲਈਏ, ਫਿਰ ਉਸ ਤੋਂ ਬਾਅਦ ਸਿੱਧੂ ਸਾਹਿਬ ਦੀ ਸਿੱਧੀ ਜੀ ਗੱਲ ਕਰ ਲੈਂਦੇ ਹਾਂ। ਦਰਅਸਲ ਅੱਜ ਵੈਸੇ ਇਹਨਾਂ ਨੇ ਪਹਿਲਾਂ ਆਹੂ ਐਲਾਨ ਕਰ ਰੱਖਿਆ ਸੀਗਾ ਕਿ ਕੁਛ ਵੱਡਾ ਹੋਣ ਜਾ ਰਿਹਾ। ਵੱਡਾ ਕੀ ਹੋਊਗਾ, ਲੋਕ ਕਿਆਫੇ ਲਾ ਰਹੇ ਸਨ, ਕਿਆਸੇ ਲਾ ਰਹੇ ਸਨ, ਪਰ ਇਹ ਗੱਲ ਤੈਅ ਸੀ ਕਿ ਮੁਲਾਜ਼ਮਾਂ ਵਾਸਤੇ ਇੱਕ ਵੱਡਾ ਐਲਾਨ ਹੋ ਸਕਦਾ ਆ। ਪਰੰਤੂ ਉਤੋਂ ਵੀ ਵੱਡੀਆਂ ਕੁਛ ਗੱਲਾਂ ਜਿਹੜੀਆਂ ਨੇ, ਵੈਸੇ ਉੱਚੀਆਂ ਨੇ ਗੱਲਾਂ ਤੇਰੇ ਯਾਰਦੀਆਂ। ਤੇ ਅੱਜ ਕੱਲ ਆਮ ਆਦਮੀ ਦਾ ਜਿਹੜਾ ਚੀਫ ਮਿਨਿਸਟਰ ਬੰਦਾ ਦਾਵਾ ਕਰਦਾ, ਉਹ ਉੱਚੀਆਂ ਹੀ ਗੱਲਾਂ ਕਰਦਾ ਆ। ਤਾਂ ਅੱਜ ਇਹਨਾਂ ਨੇ ਇੱਕ ਤੇ 36,000 ਕਰਮਚਾਰੀਆਂ ਨੂੰ ਪੱਕਾ ਕਰਨ ਦਾ ਐਲਾਨ ਕਰ ਦਿੱਤਾ। ਮਤਲਬ ਕਿ ਉਹ ਵਿਚਾਰੇ ਜਿਹੜੇ ਮੁਲਾਜ਼ਮਤ ਘੱਟ ਲੈਂਦੇ ਆ, ਫਿਕਰਾਂ 'ਚ ਰਹਿੰਦੇ ਆ, ਜੌਬ ਕਰਦੇ ਸੀਗੇ, ਉਹਨਾਂ ਦੇ ਚਿਹਰਿਆਂ ਤੇ ਰੌਣਕਾਂ ਲਿਆ ਦਿੱਤੀਆਂ। 36,000 ਦੇ ਕਰੀਬ ਉਹਦੇ 'ਚ ਹੁਣ ਆਊਟਸੋਰਸ ਵਾਲੇ ਆਉਣਗੇ ਜਾਂ ਨਹੀਂ ਆਉਣਗੇ, ਸਵੇਰੇ ਆਪਾਂ ਜਦੋਂ ਪੜ੍ਹਾਂਗੇ ਤਫਸੀਲ ਦੇ ਨਾਲ ਇਹ ਪਤਾ ਲੱਗੇਗਾ। ਫਿਰ ਦੂਜਾ ਵੱਡਾ ਐਲਾਨ ਕੀਤਾ ਕਿ ਖੱਡਾ ਤੋਂ 5.5 ਰੁਪਈਏ ਪ੍ਰਤੀ ਫੁੱਟ ਜਿਹੜੀ ਹੈ ਉਹ ਰੇਤਾ ਮਿਲੇਗੀ। ਬਹੁਤ ਵੱਡੀ ਗੱਲ, ਕਿਉਂਕਿ ਪਹਿਲਾਂ ਇਹਨਾਂ ਨੇ 9 ਰੁਪਏ ਕਿਹਾ ਸੀ, ਉਹ ਕਹਿੰਦੇ ਕਿ ਹੁਣ ਫਿਰ ਅਸੀਂ ਨਵੇਂ ਸਿਰੇ ਤੋਂ ਅਸੈਸਮੈਂਟ ਕੀਤੀ ਆ, ਨਵੇਂ ਸਿਰੇ ਤੋਂ ਅਸੀਂ ਰਣਨੀਤੀ ਉਲੀਕੀ ਆ, ਚੱਕੋ ਭਾਈ 5.5 ਰੁਪਏ ਪ੍ਰਤੀ ਫੁੱਟ ਰੇਤਾ। ਤੇ ਨਾਲ ਹੀ ਜ਼ਮੀਨ ਦੇ ਮਾਲਕਾਂ ਨੂੰ ਕਹਿ ਦਿੱਤਾ ਕਿ ਨਜ਼ਾਰੇ ਲਓ ਮਿੱਤਰੋ, 3 ਫੀਟ ਤੱਕ ਤੁਸੀਂ ਜਿੰਨੀ ਮਰਜ਼ੀ ਖੁਦਾਈ ਕਰ ਲਓ, ਤੁਹਾਨੂੰ ਕੋਈ ਰਾਇਲਟੀ ਦੇਣ ਦੀ ਜ਼ਰੂਰਤ ਨਹੀਂ, ਕੋਈ ਪ੍ਰਵਾਨਗੀ ਲੈਣ ਦੀ ਜ਼ਰੂਰਤ ਨਹੀਂ, ਖਿੱਚੀ ਚੱਲੋ ਕੰਮ। ਇੱਟਾਂ ਵਾਲੇ ਭੱਠੇ ਜਿਹੜੇ ਆ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤੇ, ਮਤਲਬ ਕਿ ਉਹਨਾਂ ਤੇ ਕੋਈ ਰੋਕ ਟੋਕ ਨਹੀਂ, ਇੱਟਾਂ ਵੀ ਸਸਤੀਆਂ ਹੋ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ। DC ਰੇਟ ਦੇ ਵਿੱਚ ਵੀ ਵਾਧਾ ਕਰ ਦਿੱਤਾ। DC ਰੇਟ ਕੀ ਆ ਕਿ ਜਿਵੇਂ ਆਪਾਂ ਦੇਖੀਏ ਤਾਂ ਕੁਛ ਕਰਮਚਾਰੀ ਜਿਹੜੇ ਆ ਡੇਲੀ ਵੇਜ ਤੇ ਰੱਖੇ ਹੁੰਦੇ ਆ, ਤਾਂ ਉਹ ਡੇਲੀ ਵੇਜ ਦਾ ਇਜ਼ਾਫਾ ਵੀ ਕਰ ਦਿੱਤਾ, ਵਧਾ ਕੇ 415 ਰੁਪਈਏ। ਪਰ ਉਹ ਕਦੋਂ ਤੋਂ ਕੀਤਾ, ਮੇਰੇ ਖਿਆਲ ਦੇ ਨਾਲ ਇਹਨਾਂ ਨੇ 1 ਮਾਰਚ 2020 ਤੋਂ ਪਿੱਛੋਂ ਕੀਤਾ, ਰੈਟਰੋਸਪੈਕਟਿਵਲੀ ਤਰੀਕੇ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਹਾਂ ਇਹਨਾਂ ਦੀ ਭਾਸ਼ਾ ਦੇ ਵਿੱਚ। ਤਾਂ ਵੱਡੇ ਐਲਾਨ ਨੇ ਇਹਨਾਂ ਵੱਡੇ ਐਲਾਨਾਂ ਦੇ ਵਿੱਚ। ਸਭ ਤੋਂ ਵੱਡੀ ਗੱਲ ਜਿਹੜੀ ਵੇਖਣ ਵਾਲੀ ਸੀ ਕਿ ਇਹ ਪ੍ਰੈਸ ਕਾਨਫਰੰਸ ਜਦੋਂ ਕਰਨ ਆਏ, ਮਤਲਬ ਕਿ ਸਾਰਾ ਖਾਕਾ ਖਿੱਚ ਕੇ ਜਦੋਂ ਪ੍ਰੈਸ ਕਾਨਫਰੰਸ ਕਰਨ ਆਏ, ਐਲਾਨ ਹੋਣੇ ਸੀ ਤੇ ਸਿੱਧੂ ਤੇ ਚੰਨੀ ਸਾਹਿਬ ਇਕੱਠੇ ਬੈਠੇ, ਪੱਤਰਕਾਰਾਂ ਨੇ ਚੁਚਰੀ ਛੇੜ ਦਿੱਤੀ
ਤੇ ਚੰਨੀ ਸਾਹਿਬ ਨੇ ਫਿਰ ਪੰਜਾਬ ਦਾ ਇੱਕ ਬੜਾ ਮਸ਼ਹੂਰ ਫਿਕਰਾ ਬੋਲਿਆ, ਜਿੱਥੇ ਜਾਏਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ, ਮਤਲਬ ਕਿ ਨਵਜੋਤ ਸਿੰਘ ਸਿੱਧੂ ਆਪਣੇ ਨਾਲ ਹੀ ਚੱਲੂਗਾ। ਪੂਰੀ ਸੈਟਿੰਗ ਬੈਟਿੰਗ ਕਰਕੇ ਆਏ ਸਨ ਕਿ ਕਿਸ ਤਰੀਕੇ ਨਾਲ ਪ੍ਰੈਸ ਕਾਨਫਰੰਸ ਬੈਟਿੰਗ ਕਰਨੀ ਆ, ਤਾਂ ਬੈਟਿੰਗ ਜ਼ਬਰਦਸਤ ਸੀਗੀ। ਬੋਲੇ ਆ 3-4 ਮਿੰਟ 5 ਮਿੰਟ ਆਪਣੇ ਐਲਾਨਾਂ ਤੇ ਲਾਏ, ਖਿੱਚ ਕੇ ਲਾਏ ਚਰਜੀਤ ਸਿੰਘ ਹੋਰਾਂ ਨੇ, ਸੀਐਮ ਸਾਹਿਬ ਨੇ। ਅੱਜ ਕੱਲ੍ਹ ਸਾਨੂੰ ਬੜੇ ਪਿਆਰੇ ਲੱਗਦੇ ਆ ਪੰਜਾਬੀਆਂ ਨੂੰ, ਕਿਉਂਕਿ ਜਦੋਂ ਵੀ ਸਕਰੀਨ ਤੇ ਆਉਂਦੇ ਆ ਸਾਡੀਆਂ ਮਾਈਆਂ ਸਾਡੀਆਂ ਬੀਬੀਆਂ ਵੀ ਕਿਤੇ ਨਾ ਕਿਤੇ ਝਾਕ ਰੱਖ ਲੈਂਦੀਆਂ ਕਿ ਲਓ ਭਾਈ ਕੁਛ ਨਾ ਕੁਛ ਸੌਰ ਨਾਲ ਆਇਆ। ਅੱਗੇ ਤੇ ਇਹੀ ਹੁੰਦਾ ਸੀ ਨਾ, ਜਿਵੇਂ ਮੋਦੀ ਸਾਹਿਬ ਨੂੰ ਵੇਖ ਕੇ ਬੱਚੇ ਵੀ ਤੜਪ ਕੇ ਜਾਂਦੇ ਸੀ ਕਿ ਆਹ ਭਾਈ ਆ ਗਿਆ ਨਾ ਦਾੜੇ ਵਾਲਾ, ਪਤਾ ਨੀ ਕੀ ਕਹੇਗਾ, ਪਤਾ ਨੀ ਕਿਸ ਐਲਾਨ ਹੋਏਗਾ, ਘਰਾਂ ਦਾ ਹਲ ਚਲ ਹੋ ਜਾਣੀ ਹੈ। ਤਾਂ ਇਸ ਤਰ੍ਹਾਂ ਜਦੋਂ ਚਰਨਜੀਤ ਸਿੰਘ ਆਉਂਦੇ ਆ ਤੇ ਘਰਾਂ ਦੇ ਟੈਲੀਵਿਜ਼ਨ ਜਿਹੜੇ ਨਾ ਆਨ ਹੋ ਜਾਂਦੇ ਆ ਕਿ ਲਓ ਭਾਈ ਚਰਨਜੀਤ ਸਿੰਘ ਆ ਗਏ ਨੇ, ਹੁਣ ਵੇਖੋ ਕਿਹੜਾ ਐਲਾਨ ਕਰਦੇ, ਕਿਉਂਕਿ ਐਲਾਨਾਂ ਦੀ ਰੁੱਤ ਹੈ ਨਾ। ਵੈਸੇ ਦੇਖੋ ਗੱਲ ਕੀ ਹੈ ਕਿ ਇਹ ਨਿਰਣੇ ਕਿਸ ਤਰ੍ਹਾਂ ਐਗਜੀਕਿਊਟ ਕੀਤੇ ਜਾਣਗੇ, ਕਿਸ ਤਰ੍ਹਾਂ ਦੇ ਇਹਨਾਂ ਦੇ ਰਿਜ਼ਲਟ ਹੋਣਗੇ, ਨਤੀਜੇ ਤਾਂ ਬਾਅਦ ਦੇ ਵਿੱਚ ਹੀ ਆਪਾਂ ਦੇਖ ਸਕਦੇ ਹਾਂ ਨਾ, ਅੱਜ ਤਾਂ ਐਲਾਨ ਹੀ ਆਪਾਂ ਸੁਣਾ ਸਕਦੇ ਹਾਂ ਸਰੋਤਿਆਂ ਨੂੰ ਵੀ। ਆ ਜਿਹੜੇ ਸਾਡੇ ਪਾਠਕ ਹੋਣਗੇ ਅਖਬਾਰਾਂ ਦੇ, ਉਹਨਾਂ ਨੂੰ ਵੀ ਅਖਬਾਰਾਂ ਇਹੀ ਦੱਸਣਗੀਆਂ ਕਿ ਆਹ ਕੁਛ ਹੋਇਆ। ਨਤੀਜੇ ਜਿਹੜੇ ਆ ਉਹ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਉਡੀਕਣੇ ਪੈਣਗੇ ਕਿ ਕਿਸ ਤਰੀਕੇ ਨਾਲ ਇਹ ਅਮਲ ਚ ਆਉਂਦੇ ਨੇ ਐਲਾਨ, ਕਿਸ ਤਰੀਕੇ ਦੇ ਫਿਰ ਨਤੀਜੇ ਅੱਗੋਂ ਲੈ ਕੇ ਆਉਂਦੇ ਨੇ। ਤਾਂ ਬਹਰਹਾਲ ਇੱਕ ਵੱਡੀ ਗੱਲ ਜਿਹੜੀ ਆਪਾਂ ਕਹੀਏ, ਉਹ ਆਉਂਦੇ ਹੁੰਦੇ ਆ ਨਾ ਕਿ ਜਿਹੜੇ ਫੈਸਲੇ ਹੁੰਦੇ, ਨਿਰਣੇ ਹੁੰਦੇ, ਇਨਸਾਨ ਆਪਣੇ ਗਿਆਨ ਤੇ ਤਜਰਬੇ ਦੇ ਆਧਾਰ ਤੇ ਲੈਂਦਾ ਹੈ, ਪਰੰਤੂ ਸਹੀ ਨਿਰਣੇ ਲੈਣ ਦੇ ਵਿੱਚ ਤਜਰਬੇ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ। ਤਾਂ ਤਜਰਬਾ ਜਿਹੜਾ ਹੈ ਉਹ ਇਹਨਾਂ ਨੂੰ ਹੈ ਹੀ ਹੈ। ਪਰ ਗੱਲ ਇਹ ਹੈ ਕਿ ਕਈ ਵਾਰ ਹੁਣ ਇੱਕ ਸਵਾਲ ਉੱਠੇਗਾ ਕਿ ਕੀ ਇਸ ਤਰ੍ਹਾਂ ਦੇ ਜਿਹੜੇ ਨਤੀਜੇ ਜਿਹੜੇ ਨਿਰਣੇ ਲਏ ਜਾ ਰਹੇ ਆ, ਕਿ ਉਸ ਤਰ੍ਹਾਂ ਦੇ ਨਤੀਜੇ ਦੇ ਪਾਉਣਗੇ ਜਿਸ ਤਰ੍ਹਾਂ ਦੇ ਨਤੀਜੇ ਪੰਜਾਬ ਨੂੰ ਚਾਹੀਦੇ, ਮਤਲਬ ਕਿ ਰੈਵਨਿਊ ਕਿੱਥੋਂ ਆਏਗਾ ਵਗੈਰਾ ਵਗੈਰਾ। ਪਰ ਇਹਦੇ ਚ ਇੱਕ ਚੀਜ਼ ਹੋ ਰਿਹਾ ਜੋ ਮੈਂ ਸੋਚਦਾ, ਹਮੇਸ਼ਾ ਮੇਰੀ ਫਿਲੋਸਫੀ ਹੈ ਕਿ ਕੁਛ ਲੋਕ ਗਲਤ ਫੈਸਲੇ ਲੈ ਕੇ ਵੀ ਆਪਣੀ ਯੋਗਤਾ ਦੇ ਨਾਲ ਉਹਨੂੰ ਸਹੀ ਸਾਬਤ ਕਰ ਸਕਦੇ ਆ, ਉਹਦੀ ਇੱਕ ਝਲਕ ਹੈ। ਇਹ ਮੇਰਾ ਮੰਨਣਾ ਹੈ ਕਿ ਗਲਤ ਫੈਸਲਾ ਲੈ ਕੇ ਵੀ ਉਹਨੂੰ ਸਹੀ ਸਾਬਤ ਕਰ ਦੇਣਾ, ਇਹੀ ਲੀਡਰਸ਼ਿਪ ਦੀ ਕੁਆਲਿਟੀ ਹੈ। ਜੇ ਤੁਹਾਡੇ ਕੋਲ ਇਹ ਲੀਡਰਸ਼ਿਪ ਹੈ ਨਾ, ਤੁਸੀਂ ਬਾਹਰ ਹੀ ਨਹੀਂ ਕਰ ਸਕਦੇ। ਸੋ ਇਹ ਦੇਖਣਾ ਹੋਏਗਾ ਕਿ ਕੀ ਸਾਬਤ ਕਰ ਸਕਦੇ ਜਾਂ ਨਹੀਂ, ਇਹ ਇਮਤਿਹਾਨ ਹੋਏਗਾ। ਪਰ ਉਹਦੇ ਵਾਸਤੇ ਟਾਈਮ ਬਹੁਤ ਥੋੜਾ। ਸਿੱਧੂ ਸਾਹਿਬ ਨੇ ਫਿਰ ਮਾਈਕ ਆਪਦੇ ਵੱਲ ਕਹਿੰਦੇ ਕਿ 2 ਮਿੰਟ ਮੈਨੂੰ ਵੀ ਦਿਓ। ਫਿਰ 2 ਮਿੰਟ ਕਿੱਥੇ ਚੱਲਦਾ, ਤੁਹਾਨੂੰ ਪਤਾ ਹੀ ਹੈ ਕਿ ਉਹਨੇ ਫਿਰ ਰੇਟ ਤੇ ਹੀ ਬਿਆਨਾਤ ਦਿੱਤੇ ਕਿ ਆ ਵੇਖੋ ਚੰਨੀ ਸਾਹਿਬ ਨੇ ਜੋ ਕੀਤਾ ਐਲਾਨ, ਮੈਂ ਤਾਂ ਸੀ ਕਿ ਸਸਤਾ ਰੇਤਾ ਮਿਲੇ। ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ, ਨਵਜੋਤ ਸਿੰਘ ਸਿੱਧੂ ਨੇ ਕੁਛ ਮੁੱਦੇ ਜਿਹੜੇ ਆ ਉਹ ਆਪਣੇ ਨਿੱਜੀ ਰਾਜਨੀਤਿਕ ਕੈਰੀਅਰ ਵਾਸਤੇ ਵਰਤੇ ਨੇ, ਪਰ ਕੁਛ ਮੁੱਦੇ ਉਹਨੇ ਬਹੁਤ ਜਾਇਜ਼ ਢੰਗ ਨਾਲ ਉਠਾਏ ਨੇ, ਔਰ ਜੈਨੂਇਨ ਢੰਗ ਨਾਲ ਉਠਾਏ ਨੇ। ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਨਵੀਂ ਪਰਤ ਵੀ ਪਾ ਦਿੱਤੀ ਆ ਕਿ ਠੀਕ ਆ ਆਪਣੇ ਵੀ ਕਰ ਰਿਹਾ ਹੋਵੇ, ਪਰੰਤੂ ਪਾਰਟੀ ਦੇ ਵਿੱਚ ਰਹਿ ਕੇ ਸਰਕਾਰ ਨੂੰ ਗਵਾਹ ਹੇਠ ਲਿਆ ਕੇ ਫੈਸਲਿਆਂ ਤੇ ਲੈ ਆਉਣਾ, ਮੁੱਦਿਆਂ ਤੇ ਲੈ ਆਉਣਾ, ਇਹ ਨਵੀਂ ਇੱਕ ਪਿਰਤ ਵੀ ਸਿਰਜੀ ਜਾ ਰਹੀ ਹੈ, ਜਿਹੜੀ ਦੂਸਰੀਆਂ ਪਾਰਟੀਆਂ 'ਚ ਵੀ ਸ਼ਾਇਦ ਜਾਏਗੀ ਅੱਗੇ ਜਾ ਕੇ। ਤਾਂ ਖੈਰ ਇੱਕ ਗੱਲ ਜ਼ਰੂਰ ਦਿਲ ਦੀ ਜਿਹੜੀ ਆ ਸਿੱਧੂ ਨੇ ਕਹਿ ਦਿੱਤੀ ਕਿ ਮੇਰਾ ਇਹ ਮੰਨਣਾ ਆ ਕਿ ਜਿੱਦਾਂ ਤੇਲੰਗਾਨਾ ਦਾ ਮਾਡਲ ਆ ਉਹ ਇੱਥੇ ਲਾਗੂ ਕੀਤਾ ਜਾਵੇ, ਮਤਲਬ ਕਿ ਜਿਹੜੀ ਸਾਰੀ ਰੇਤ ਦੀ ਹੈ ਖਰੀਦੋ ਫਰੋਖਤ, ਇਹਨੂੰ ਸਰਕਾਰੀ ਤੌਰ ਤੇ ਲਿਆਂਦਾ ਜਾਵੇ, ਸਰਕਾਰੀ ਦਾਇਰੇ ਦੇ ਵਿੱਚ ਲਿਆਂਦਾ ਜਾਵੇ। ਤਾਂ ਉਹ ਆਪਣੇ ਮਨ ਦੀ ਗੱਲ ਜਿਹੜੀ ਆ ਉਹ ਕਹਿ ਗਏ ਆ, ਰੇਤ ਮਾਫੀਏ ਦੀ ਵੀ ਗੱਲ ਕਰਕੇ ਕਾਫੀ ਕੁਛ ਮਤਲਬ ਕਿ ਕਹਿ ਗਏ। ਚਰਨਜੀਤ ਸਿੰਘ ਜੀ ਦੇਖ ਰਹੇ ਸਨ ਉਹਨਾਂ ਵੱਲ, ਪਰ ਸਿੱਧੂ ਸਾਹਿਬ ਕਾਫੀ ਕੁਛ ਕਹਿ ਗਏ। ਪਰ ਕੁੱਲ ਮਿਲਾ ਕੇ ਜਿੱਦਾਂ ਕਹਿ ਲਈਏ ਕਿ ਅੱਜ ਵੱਡੇ ਐਲਾਨ ਹੋਏ ਆ ਤੇ ਗਾਂ ਵੱਡੇ ਹੁਣ ਫੈਸਲੇ ਆ ਜਿਹੜੇ ਇੱਕ ਰੋਜ਼ਾ ਇਜਲਾਸ ਹੋਣਾ ਹੈ ਪਰਸੋਂ, ਉਹਦੇ ਚ ਵੀ ਹੋ ਸਕਦੇ ਆ, ਉਹਦੇ ਚ ਬਿਜਲੀ ਸਮਝੌਤਿਆਂ ਦਾ ਮੁੱਦਾ, ਉਹਦੇ ਚ ਕਿਸਾਨੀ ਮੁੱਦਾ, ਉਹਦੇ ਚ BSF ਦੀ ਜੁਰਿਸਡਿਕਸ਼ਨ ਦਾ ਵਾਧਾ, ਇਹੋ ਜਿਹੇ ਮੁੱਦੇ ਵੀ ਜਿਹੜੇ ਆ ਛੋਏ ਜਾ ਸਕਦੇ। ਤਾਂ ਕੁੱਲ ਮਿਲਾ ਕੇ ਤੁਹਾਨੂੰ US ਦੇ ਵਿੱਚ ਬੈਠੇ ਲੋਕਾਂ ਨੂੰ, ਕੈਨੇਡਾ ਚ ਬੈਠੇ ਲੋਕਾਂ ਨੂੰ, ਆਸਟ੍ਰੇਲੀਆ ਚ ਬੈਠੇ ਲੋਕਾਂ ਨੂੰ, ਨਿਊਜ਼ੀਲੈਂਡ ਚ ਬੈਠੇ ਲੋਕਾਂ ਨੂੰ ਧੜਾ ਧੜ ਖਬਰਾਂ ਮਿਲ ਰਹੀਆਂ। ਜੀ ਜੀ ਜੀ, ਇਹ ਤਾਂ ਵਾਕਿਆ ਮਿੰਟੂ ਜੀ ਨੂੰ ਦੇਖਣਾ ਹੋਊਗਾ ਵੀ ਕਿੰਨੇ ਦਿਨ ਖੁਸ਼ ਜਿਹੜਾ ਸਿੱਧੂ ਰਹਿੰਦਾ ਹੈਗਾ ਆ। ਅਗਲੀ ਜੀ ਅਗਲੀ ਗੱਲ ਕਰੀਏ, ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, ਕਰਤਾਰਪੁਰ ਲਾਂਘਾ ਖੋਲਣ ਦੀ ਮੰਗ। ਹਾਂਜੀ ਦੇਖੋ, ਇਹਨਾਂ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕੀਤੀ ਆ, ਪਰ ਕਰਤਾਰਪੁਰ ਸਾਹਿਬ ਲਾਂਘਾ ਖੁੱਲੇਗਾ ਕਦੋਂ, ਇਹਦਾ ਇੱਕ ਬਹੁਤ ਵੱਡਾ ਇੰਤਜ਼ਾਰ ਹੈ ਜਿਹੜਾ ਪਤਾ ਨੀ ਕਦੋਂ ਮੁੱਕੇਗਾ। ਹਾਲ ਦੀ ਘੜੀ ਤਾਂ ਮੁੱਕ ਨਜ਼ਰ ਆ ਰਿਹਾ, ਪਰ ਅੱਜ ਹੋਇਆ ਕੀ ਆ
ਕਿ ਨਵਜੋਤ ਸਿੰਘ ਸਿੱਧੂ ਸਾਜਰੇ ਪਹੁੰਚੇ ਨੇ ਡੇਰਾ ਬਾਬਾ ਨਾਨਕ ਦੇ ਵਿੱਚ, ਪਰ ਉਸ ਵੇਲੇ ਕਿਉਂਕਿ ਧੁੰਦ ਪਈ ਵੀ ਸੀਗੀ ਤੇ ਕਹਿੰਦੇ ਆ ਕਿ ਦਰਸ਼ਨ ਦੀਦਾਰ ਕਰਨ ਦੇ ਵਿੱਚ ਕਾਫੀ ਤਕਲੀਫ ਆਈ, ਕਾਫੀ ਦਿੱਕਤ ਆਈ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੁਛ ਸਟੇਟਮੈਂਟਾਂ ਵੀ ਉੱਥੇ ਦਿੱਤੀਆਂ ਨੇ, ਤਾਂ ਤੁਰੰਤ ਉਸ ਤੋਂ ਬਾਅਦ ਜਿਵੇਂ ਹੀ ਮੁੱਦਾ ਉਹ ਛਲਿਆ, ਕਿਉਂਕਿ ਤੁਹਾਨੂੰ ਯਾਦ ਹੋਣਾ ਅੱਜ ਦੂਜਾ ਵਰਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦਾ, ਇਹ ਦੂਜਾ ਵਰਾ ਸੀਗਾ, ਕੰਪਲੀਟ ਹੋਇਆ ਸੀਗਾ, ਤਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਚੀਜ਼ਾਂ ਬਹੁਤ ਅੱਛੇ ਤਰੀਕੇ ਨਾਲ ਯਾਦ ਰਹਿੰਦੀਆਂ ਨੇ। ਉਹਨੇ ਅਰਦਾਸ ਬੇਨਤੀ ਕੀਤੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣਾ ਚਾਹੀਦਾ, ਨਾਲ ਮੰਗ ਵੀ ਕੀਤੀ। ਤਾਂ ਉਸ ਤੋਂ ਬਾਅਦ ਬੀਬਾ ਬਾਦਲ ਨੇ ਵੀ ਇੱਕ ਲੰਬਾ ਲੈਟਰ ਹੈ ਜਿਹੜਾ ਗੌਰਮੈਂਟ ਨੂੰ ਲਿਖ ਕੇ ਲਿਆ। ਚਲੋ ਵਧੀਆ ਗੱਲ ਹੈ, ਮੈਂ ਇਹਦੇ ਵਿੱਚ ਇਹ ਨਹੀਂ ਸਮਝਦਾ ਕਿ ਉਹ ਗਿਆ ਤੇ ਇਹਨਾਂ ਨੇ ਕੋਈ ਰਾਜਨੀਤਿਕ ਰੀਸ ਕੜੀਸ ਕਰ ਲਈ, ਐਸਾ ਕੁਛ ਨਹੀਂ ਹੈ। ਇਹ ਹੋਣਾ ਹੀ ਚਾਹੀਦਾ, ਇਹ ਖੁੱਲਣਾ ਚਾਹੀਦਾ। ਮੇਰੀ ਖੁਦ ਦੀ ਜ਼ਾਤੀ ਤੌਰ ਤੇ ਇਹ ਤਮੰਨਾ ਆ ਕਿ ਇਹੀ ਨਹੀਂ ਜੋ ਹਿੰਦੂਆਂ ਦੇ ਅੰਦਰ ਧਾਮ ਨੇ, ਤੀਰਥ ਨੇ, ਉਹ ਵੀ ਖੁੱਲਣੇ ਚਾਹੀਦੇ। ਇਹਦੇ ਚ ਕੀ ਆ, ਆਸਥਾ ਤੇ ਕਦੀ ਪਾਬੰਦੀ ਆ, ਖੇਡ ਤੇ ਕਦ ਆ, ਤੁਸੀਂ ਰੋਕ ਲਾ ਕੇ ਰੱਖਿਆ ਵਾ, ਗੀਤ ਸੁਣ ਦਿਓ ਜਨਤਾ ਨੂੰ ਇੱਕ ਦੂਜੇ ਦਾ, ਤੁਸੀਂ ਜੋ ਮਰਜ਼ੀ ਕਰੀ ਜਾਓ, ਸਿਆਸਤ ਕਰੀ ਜਾਓ, ਰਿਸ਼ਤੇਦਾਰਾਂ ਨੂੰ ਮਿਲਣ ਦਿਓ, ਸਿੱਧੀ ਕਲੀਅਰ ਕੱਟ ਗੱਲ ਆ। ਤੋ ਦੇਖੋ ਹੁਣ ਮੰਗ ਤਾਂ ਹੋ ਰਹੀ ਹੈ, ਇਸ ਮੰਗ ਨੂੰ ਪੂਰਿਆ ਕਦੋਂ ਕੀਤਾ ਜਾਏਗਾ, ਇੱਕ ਵੱਡਾ ਸਵਾਲ ਆ। ਵੈਸੇ ਆਪਾਂ ਦੇਖਿਆ ਕਿ ਕੋਵਿਡ-19 ਦੇ ਦੌਰ ਦੇ ਵਿੱਚ ਤਾਂ ਚਲੋ ਬੰਦ ਕਰਨੇ ਲਾਜ਼ਮ ਹੈ ਭਾਈ, ਡਰ ਖੌਫ ਬਹੁਤ ਜ਼ਿਆਦਾ ਹੋ ਗਿਆ ਸੀਗਾ, ਪਰ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਜਦੋਂ ਕੋਰੋਨਾ ਦੀ ਆਮਦ ਨਹੀਂ ਹੋਈ ਤੇ ਬਹੁਤ ਗਿਣਤੀ ਜਿਹੜੀ ਹੈ ਪਿਲਗ੍ਰਿਮਸ ਦੀ ਉਹ ਵਧਣੀ ਸਟਾਰਟ ਹੋ ਗਈ ਸੀਗੀ, ਜੋ ਇੱਕ ਆਪਾਂ ਦੇਖ ਰਹੇ ਸੀ, ਕਿਉਂਕਿ ਉਦੋਂ ਐਗਜੈਕਟ ਅੰਕੜੇ ਨਹੀਂ ਸੀ। ਬਸ ਮੈਨੂੰ ਇੱਕ ਥਾਂ ਤੇ ਅੰਕੜੇ ਪੜ੍ਹਨ ਨੂੰ ਮਿਲੇ, ਕਾਫੀ ਹੈਰਾਨੀ ਵਾਲੇ ਅੰਕੜੇ ਸੀ, ਕਿਉਂਕਿ ਉਦੋਂ ਮੀਡੀਆ ਕਹਿੰਦਾ ਸੀਗਾ ਕਿ ਲੋਕ ਇੰਟਰਸਟ ਨਹੀਂ ਦਿਖਾ ਰਹੇ, ਤੁਹਾਨੂੰ ਯਾਦ ਹੋਣਾ ਪਰਸੈਪਸ਼ਨ ਬਣਾਈ ਜਾ ਰਹੀ ਸੀਗੀ। ਪਰੰਤੂ ਨਵੰਬਰ 2019 ਦੇ ਵਿੱਚ 11,192 ਗਏ ਸਨ ਸ਼ਰਧਾਲੂ, ਤਾਂ ਦਸੰਬਰ ਚ ਵੱਧ ਕੇ ਉਹ 23,383 ਹੋ ਜਾਂਦੇ ਨੇ। ਫਿਰ ਜਨਵਰੀ ਦੇ ਵਿੱਚ ਵੀ 10,529, ਪਰ ਤੁਹਾਨੂੰ ਪਤਾ ਹੀ ਆ ਕਿ ਇੱਥੇ ਕੇਸ ਆਉਣੇ ਸਟਾਰਟ ਹੋ ਗਏ ਸਨ। US ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜਨਵਰੀ ਦੇ ਵਿੱਚ, ਇੰਡੀਆ ਦੇ ਵਿੱਚ ਵੀ, ਤਾਂ ਫਿਰ ਇੱਥੋਂ ਘਟਣੇ ਸਟਾਰਟ ਹੋ ਜਾਂਦੇ ਆ। ਫਰਵਰੀ ਦੇ ਵਿੱਚ 10,000 ਦੇ ਕਰੀਬ, ਤੇ ਫਿਰ ਮਾਰਚ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਲੋਕਡਾਊਨ ਹੀ ਲੱਗ ਗਿਆ ਸੀਗਾ, ਤੇ ਇੱਥੇ ਗਿਣਤੀ ਰਹਿ ਜਾਂਦੀ ਆ 7,624। ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਆ ਬੰਦ ਕਰ ਦਿੱਤਾ ਜਾਂਦਾ, ਮਤਲਬ ਕਿ ਸਿਰਫ 5 ਮਹੀਨਿਆਂ ਦੇ ਵਿੱਚ ਹੀ ਦੇਖ ਲਓ ਕਿ ਹਜ਼ਾਰਾਂ ਸ਼ਰਧਾਲੂ ਜਿਹੜੇ ਨਤਮਸਤਕ ਹੋ ਕੇ ਆਏ ਨੇ। ਤਾਂ ਜਿਵੇਂ ਜਿਵੇਂ ਟਾਈਮ ਪੈਂਦਾ ਮੇਰੇ ਖਿਆਲ ਦੇ ਨਾਲ, ਜਿਵੇਂ ਜਿਵੇਂ ਥੋੜੇ ਰਿਲੈਕਸੇਸ਼ਨ ਦਿੰਦੇ ਕੁਛ ਕਾਗਜ਼ ਪੱਤਰਾਂ ਦੇ ਵਿੱਚ, ਤਾਂ ਇਹ ਸ਼ਰਧਾਲੂਆਂ ਦੀ ਆਮਦ ਹੋਰ ਵੀ ਵਧਣੀ ਸੀ, ਇਹਦੇ 'ਚ ਇਜ਼ਾਫਾ ਹੋਣਾ ਸੀਗਾ। ਪਰ ਉਸ ਤੋਂ ਪਹਿਲਾਂ ਹੀ ਕੋਵਿਡ ਦਾ ਬੀੜਾ ਬਹਿ ਗਿਆ, ਤੇ ਉਹ ਤੋਂ ਬਾਅਦ ਹੁਣ ਕੋਵਿਡ ਤਾਂ ਤੁਹਾਨੂੰ ਪਤਾ ਹੀ ਹੈ ਦੋਵਾਂ ਦੇਸ਼ਾਂ ਦੇ ਵਿੱਚ ਹੈ ਨਹੀਂ ਇੰਨਾ ਕੋਈ ਅਸਰ, ਇਹਦਾ ਕੋਈ ਇੰਨੇ ਕੇਸ ਨਹੀਂ ਆ ਰਹੇ, ਤੇ ਇਸ ਕਰਕੇ ਹੁਣ ਤਾਂ ਖੋਲ ਦੇਣਾ ਚਾਹੀਦਾ। ਹਾਂ ਠੀਕ ਆ, ਫਾਰਮੈਲਿਟੀ ਜਿਹੜੀ ਆ ਤੁਸੀਂ ਕਰਵਾਉਣੀ ਕਰਵਾ ਲਓ ਭਾਈ, ਵੱਧ ਤੋਂ ਵੱਧ ਕੀ ਕਹੋਗੇ ਕਿ ਵੈਕਸੀਨੇਟ ਹੋ ਕੇ ਆ ਜਾਓ, ਜਾਂ ਤੁਹਾਡੀ ਜਿਹੜੀ ਰਿਪੋਰਟ ਆ ਨੈਗੇਟਿਵ ਹੋਣੀ ਚਾਹੀਦੀ। ਜੋ ਕੌਮਾਂਤਰੀ ਪੱਧਰ ਤੇ ਇਸ ਵੇਲੇ ਆਵਾਜਾਈ ਦੇ ਰੂਲ ਆ ਉਹ ਸਾਰੇ ਇੰਪਲੀਮੈਂਟ ਕਰ ਦਿਓ, ਪਰ ਇਹ ਖੋਲਣੇ ਤੇ ਚਾਹੀਦੇ ਆ ਨਾ। ਜੋ ਵੀ ਤੀਰਥ ਧਾਮ ਹੈਗੇ ਆ ਇੱਕ ਦੂਜੇ ਦੇਸ਼ ਦੇ ਵਿੱਚ ਜਾ ਕੇ, ਜਿਹੜੇ ਲੋਕ ਆਪਣੀਆਂ ਆਸਥਾ ਮਾਨਤਾਵਾਂ ਦੇ ਅਨੁਸਾਰ ਉਹਦੀ ਪੂਜਾ ਪਾਠ ਕਰ ਸਕਣ, ਉਹਦੇ ਦਰਸ਼ਨ ਦੀਦਾਰੇ ਕਰ ਸਕਣ, ਇਹ ਖੁੱਲ੍ਹ ਹੋਣੀ ਚਾਹੀਦੀ ਹੈ। ਜੀ ਜੀ, ਅਗਲੀ ਮਿੰਟ ਜੀ ਗੱਲ ਕਰੀਏ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਚ ਸ਼ਾਮਿਲ ਹੋਏ ਰਮਨ ਬਹਿਲ। ਹਾਂਜੀ, ਇਹ ਬਹੁਤ ਪੁਰਾਣੇ ਆਗੂ ਆ, ਜੇ ਤੁਸੀਂ ਵੇਖੋਗੇ ਨਾ ਤਾਂ ਇਹਨਾਂ ਦਾ ਪਿਛੋਕੜ ਜੇ ਦੇਖਣਾ ਹੋਵੇ, ਥੋੜਾ ਜਿਹਾ ਪਿਛੋਕੜ ਦੇਖਣਾ ਚਾਹੀਦਾ ਲੀਡਰ ਦਾ, ਫਿਰ ਕਿਉਂਕਿ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਇਹ ਲੀਡਰ ਕਿੰਨੀ ਕੁ ਡੰਗਾਈ ਰੱਖਦਾ, ਕਿਉਂਕਿ ਹੁਣ ਕਬੂਤਰ ਤੇ ਬਥੇਰੇ ਉੱਡਣੇ ਆ ਨਾ ਛਤਰੀਆਂ ਤੋਂ, ਮਿੱਤਰਾਂ ਦੀ ਛਤਰੀ ਤੋਂ ਉੱਡ ਗਏ, ਬਸ ਇੱਦਾਂ ਇੱਦਾਂ ਹੀ ਹੋਣਾ। ਸੋ ਉਹ ਕਿਹੜੀ ਛਤਰੀ ਤੇ ਅੱਗੇ ਜਾ ਕੇ ਮਹਿੰਦਾ ਹੈ, ਕਿਉਂਕਿ ਸਾਰਿਆਂ ਨੇ ਛਤਰੀਆਂ ਲਾ ਵੀ ਰੱਖੀਆਂ ਨੇ, ਛਤਰੀਆਂ ਤੋਂ ਉੱਡਣੇ ਆ, ਤੇ ਗਾਹ ਬਿਠਾਣ ਦੀ ਤੁਹਾਨੂੰ ਪਤਾ ਹੀ ਹੈ ਕੋਈ ਅੱਛਾ ਕਬੂਤਰ ਅਸਮਾਨ ਦੇ ਵਿੱਚ ਉੱਡਦਾ ਹੋਵੇ ਨਾ, ਤੇ ਜਿਹੜੇ ਕਬੂਤਰਬਾਜ਼ ਆ, ਹੁਣ ਤੇ ਕਬੂਤਰਬਾਜ਼ ਇੱਥੇ US ਦੇ ਵਿੱਚ ਲੜਾਈ ਵੀ ਕਰ ਲੈਂਦੇ, ਮੈਂ ਸੁਣਿਆ ਕਈ ਵਾਰ ਬਾਜੀ ਤੋਂ ਲੜਦੇ ਪਏ ਸੀ ਪਿਛਲੇ 2 ਮਹੀਨਿਆਂ ਦੀ ਗੱਲ ਆ। ਖੈਰ, ਤਾਂ ਗੱਲ ਇਹ ਆ ਕਿ ਕਬੂਤਰਬਾਜ਼ ਜਿਹੜੇ ਆ ਉਹ ਫਿਰ ਆਪਣੀ ਛਤਰੀ ਹਿਲਾਉਣੀ ਸ਼ੁਰੂ ਕਰ ਦਿੰਦੇ ਆ ਕਿ ਇਸ ਛਤਰੀ ਤੇ ਬਹਿ ਜਾਵੇ ਕਬੂਤਰ। ਹੁਣ ਇਸ ਟਾਈਮ ਜਿਹੜੀ ਇਹ ਦਲ ਬਦਲੀ ਹੋ ਰਹੀ ਆ, ਓਵਰਆਲ ਹੀ ਹੋਵੇਗੀ, ਕਿਸੇ ਇੱਕ ਪਾਰਟੀ ਦੇ ਵਿੱਚ ਨਹੀਂ ਹੋਵੇਗੀ, ਸਾਰੀਆਂ ਪਾਰਟੀਆਂ ਦੇ ਵਿੱਚ ਹੀ ਦਲ ਬਦਲੀ ਜਿਹੜੀ ਵੇਖਣ ਨੂੰ ਮਿਲੇਗੀ। ਦਲ ਬਦਲੀ ਦਾ ਤੁਹਾਨੂੰ ਪਤਾ ਹੀ ਹੈ, ਇੱਥੇ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਦਸਤੂਰ ਚੱਲ ਰਿਹਾ, ਵੋ ਤੋ ਨੇਤਾ ਪਲਵਰ ਮੇ ਪਾਲਾ ਬਦਲ ਜਾਏਗਾ, ਦਲ ਬਦਲਤੇ ਦਲ ਬਲਾ ਕਿੱਧਰ ਜਾਏਗਾ, ਦਲ ਵਿਚਾਰਾ ਉੱਥੇ ਹੀ ਖਲੋਤਾ ਰਹਿ ਜਾਂਦਾ, ਦਲ ਦਾ ਮੋਹਰੀ ਹੈ ਜਿਹੜਾ
ਉਹ ਕਿਸੇ ਹੋਰ ਦਲ ਦਾ ਹੋ ਜਾਂਦਾ, ਫਿਰ ਸਾਰੀ ਦਾਲ ਹੀ ਜਿਹੜੀ ਆ ਦਲਦਲੀ ਹੋ ਜਾਂਦੀ ਆ। ਖੈਰ ਬਹਿਲ ਸਾਹਿਬ ਦੇ ਜਿਹੜੇ ਦਾਦਾ ਸਨ ਨਾ, ਉਹ ਕਹਿ ਲਓ ਕਿ ਫਰੀਡਮ ਫਾਈਟਰ ਸੀਗੇ। ਫਿਰ ਇਹਨਾਂ ਦੇ ਜਿਹੜੇ ਪਿਤਾ ਸੀਗੇ, ਯਾਦ ਹੋਣਾ ਜਿਹੜੇ ਪੁਰਾਣੇ ਰਾਜਨੀਤਿਕ ਵਾਕਫਕਾਰ ਨੇ, ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਕਿ ਇਹਨਾਂ ਦੇ ਪਿਤਾ ਖੁਸ਼ਹਾਲ ਬਹਿਲ 4 ਵਾਰ MLA ਰਹੇ ਨੇ, 4 ਵਾਰ। ਔਰ ਕਮਾਲ ਦੀ ਗੱਲ ਆ ਕਿ ਉਹਨਾਂ 4 ਵਾਰੀਆਂ ਦੇ ਵਿੱਚੋਂ 3 ਵਾਰ ਮੰਤਰੀ ਰਹੇ ਆ, ਮਤਲਬ ਕਿ ਹਿੰਦੂ ਭਾਈਚਾਰੇ ਦੇ ਉਹ ਤਗੜੇ ਨੁਮਾਇੰਦੇ ਰਹੇ ਆ। ਇੱਕ ਵਾਰੀ ਗਿਆਨੀ ਚਹਿਲ ਸਿੰਘ ਸਰਕਾਰ 'ਚ, ਇੱਕ ਵਾਰੀ ਹਰਚਰਨ ਸਿੰਘ ਬਰਾੜ ਸਰਕਾਰ ਵਿੱਚ, ਅਤੇ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ। ਤਾਂ ਤੁਸੀਂ ਦੇਖ ਲਓ ਕਿ ਫੈਮਿਲੀ ਬੈਕਗ੍ਰਾਉਂਡ ਤਾਂ ਇਹਨਾਂ ਦਾ ਜਿਹੜਾ ਆ ਉਹ ਫਰੀਡਮ ਸਟਰਗਲ ਤੋਂ ਲੈ ਕੇ ਅੱਗੇ ਮੰਤਰੀ ਮੰਡਲ ਤੱਕ ਜੁੜਦਾ ਵਾ। ਤੇ ਗੁਰਦਾਸਪੁਰ ਤੋਂ ਇਹਨਾਂ ਨੇ ਇਲੈਕਸ਼ਨ ਵੀ ਲੜਿਆ ਸੀ ਮੇਰੇ ਖਿਆਲ ਦੇ ਨਾਲ, ਰਾਜਕਰਨਵੀਰ ਸਿੰਘ ਜੀ ਜੇ ਮੈਂ ਭੁੱਲਦਾ ਨਹੀਂ, ਤਾਂ ਅਖੀਰਲਾ ਇਲੈਕਸ਼ਨ ਇਹਨਾਂ ਨੇ 2012 'ਚ ਲੜਿਆ। 2012 ਦੇ ਵਿੱਚ ਇਹਨਾਂ ਨੇ ਇਹ ਇਲੈਕਸ਼ਨ ਲੜਿਆ ਅਖੀਰਲਾ। 2012 ਦੇ ਵਿੱਚ ਮੈਨੂੰ ਲੱਗਦਾ ਕਿ ਇੱਥੋਂ ਜਿੱਤੇ ਸਨ ਗੁਰਬਚਨ ਸਿੰਘ ਬੱਬੇ ਵਾਲੀ, ਗੁਰਬਚਨ ਸਿੰਘ ਬੱਬੇ ਵਾਲੀ ਜਿੱਤ ਗਏ ਸਨ। ਤੇ ਉਸ ਟਾਈਮ ਜਿਹੜੇ ਇਹ ਖੁਸ਼ਹਾਲ ਬਹਿਲ ਦੇ ਸਪੁੱਤਰ ਸਨ ਰਮਨ ਬਹਿਲ, ਇਹ ਤਕਰੀਬਨ ਲਾ ਲਓ ਕਿ ਪਛੜ ਗਏ ਸਨ 20-21 ਹਜ਼ਾਰ ਵੋਟ ਨਾਲ। ਮਤਲਬ ਕਿ ਕਾਫੀ ਵੱਡੀ ਡਿਫੀਟ ਕਹੀ ਜਾ ਸਕਦੀ ਆ। ਪਰੰਤੂ ਅਗਲੀ ਵਾਰ ਯਾਨੀ 17 ਦੇ ਵਿੱਚ ਇਹਨਾਂ ਨੂੰ ਫਿਰ ਟਿਕਟ ਨਹੀਂ ਦਿੱਤੀ ਗਈ। ਉੱਥੋਂ ਟਿਕਟ ਦੇ ਦਿੱਤੀ ਗਈ ਸੀ ਮੇਰੇ ਖਿਆਲ ਦੇ ਨਾਲ ਬਰਿੰਦਰਮੀਤ ਸਿੰਘ ਪਾੜਾ ਹੈ ਜਿਹੜਾ, ਤੇ ਉਹ ਬੜਾ ਈਜ਼ਲੀ ਜਿੱਤ ਗਿਆ ਸੀ ਮੁਕਾਬਲਾ। ਉਹਨੇ ਬਾਬੇ ਆਲੀ ਨੂੰ ਮੇਰੇ ਖਿਆਲ ਦੇ ਨਾਲ ਹਰਾ ਦਿੱਤਾ ਸੀਗਾ। ਪਤਾ ਨੀ ਹੁਣ ਕਿਹਨੂੰ ਹਰਾਇਆ, ਮੈਨੂੰ ਇਹ ਯਾਦ ਨਹੀਂ ਹੈ ਪੱਕਾ, ਇਸ ਵੱਲੋਂ ਮਾਫ਼ੀ ਚਾਹੁੰਦਾ ਮੈਂ ਕਿ ਨਾਲ ਬਰੋਬਰ ਕਿਹੜਾ ਕੈਂਡੀਡੇਟ ਸੀਗਾ, ਪਰ ਇਹ ਜਿੱਤ ਗਿਆ ਸੀਗਾ ਬਹੁਤ ਈਜ਼ੀ ਮੇਰੇ ਖਿਆਲ ਦੇ ਨਾਲ। ਬਾਬੇ ਆਲੀ ਹਾਰ ਗਿਆ ਸੀਗਾ ਜੇ ਮੈਂ ਨਹੀਂ ਭੁੱਲਦਾ ਤਾਂ ਇਹ ਹਾਰ ਗਏ ਸੀਗੇ। ਇਸ ਤਰ੍ਹਾਂ ਮਤਲਬ ਕਿ 2017 ਦੇ ਵਿੱਚ ਫਿਰ ਇਹਨਾਂ ਨੂੰ ਜਿਹੜੀ ਹੈ ਉਹ ਟਿਕਟ ਨਹੀਂ ਮਿਲੀ, ਤਾਂ ਉੱਥੋਂ ਮਿਲ ਗਈ ਬਰਿੰਦਰਮੀਤ ਸਿੰਘ ਪਾੜਾ ਨੂੰ। ਜਿਵੇਂ ਆਪਾਂ ਦੇਖੀਏ ਤਾਂ ਬੜਾ ਇੱਕ ਨਾ ਇਹਦੇ ਚ ਰੌਚਕ ਤੱਥ ਨਿਕਲਦਾ ਹੈ ਕਿ ਪਹਿਲਾਂ ਜਦੋਂ ਬੱਬੇ ਹਾਲੀ ਜਿੱਤੇ 17 ਦੇ ਵਿੱਚ, ਠੀਕ ਹੈ ਨਾ, ਉਹਦੀ 21 ਹਜ਼ਾਰ ਦਾ ਮਾਰਜਨ ਸੀਗਾ ਜੇ ਤੁਸੀਂ ਦੇਖੋਗੇ। ਤੇ ਜੇ 2017 ਵਾਲਾ ਇਲੈਕਸ਼ਨ ਦੇਖੋਗੇ ਤਾਂ ਇੱਥੇ ਮਾਰਜਨ ਹੈ ਜਿਹੜਾ ਸੈਕਿੰਡ ਨੰਬਰ ਰਹਿਣ ਵਾਲਾ ਜਿਹੜਾ ਆ ਬੱਬੇ ਹਾਲੀ, ਉਹ 30 ਹਜ਼ਾਰ ਵੋਟ ਹੀ ਪ੍ਰਾਪਤ ਕਰਦਾ ਰਮਨ ਬਹਿਲ ਚ ਨਹੀਂ, ਮਤਲਬ ਕਿ ਉਹਦੀ ਵੋਟ ਇੰਨੀ ਘੱਟ ਜਾਂਦੀ ਹੈ। ਪਰ ਕਾਂਗਰਸ ਦੀ ਵੋਟ ਜਿਹੜੀ ਹੈ 67,709 ਨਿਕਲਦੀ ਹੈ, ਯਾਨੀ ਚੰਗੀ ਤਗੜੀ ਫਿਰ ਇਹਨਾਂ ਨੂੰ ਵਿਹਾਰ ਮਿਲਦੀ ਹੈ। ਖੈਰ ਚਲੋ ਇਹ ਤਾਂ ਕਿਸੇ ਗਾਂ ਮੱਪਾ ਸੁਣਾਉਂਦੇ ਰਵਾਂਗੇ ਕਿ ਕਿਹੜੀ ਸੀਟ ਤੇ ਕੀ ਹੋਇਆ ਸੀ, ਕਦੋਂ ਕੀ ਹੋਇਆ, ਅਜੇ ਲੰਬਾ ਸਫ਼ਰ ਚੱਲਣਾ। ਤੇ ਬਹਿਰ ਜਦੋਂ ਇਹਨਾਂ ਨੂੰ ਨਹੀਂ ਮਿਲੀ ਟਿਕਟ 2017 ਦੇ ਵਿੱਚ, ਉਹ ਪਾੜਾ ਸਾਹਿਬ ਜਿੱਤ ਗਏ, ਤਾਂ ਪਾੜਾ ਸਾਹਿਬ ਦੇ ਨਾਲ ਫਿਰ ਇਹਨਾਂ ਦਾ ਇੱਕ ਪਾੜਾ ਵੀ ਪੈ ਗਿਆ, ਕਿਉਂਕਿ ਇਹ ਚਾਹੁੰਦੇ ਸਨ ਕਿ ਇਹ ਬੰਦਾ, ਕਿਉਂਕਿ ਉਹ ਨੌਜਵਾਨ ਸੀਗਾ, ਕਿ ਇਹ ਬੰਦਾ ਥੋੜਾ ਕਮਜ਼ੋਰ ਹੋ ਗਏ, ਇੱਕ ਟੱਕਰ ਸ਼ੁਰੂ ਹੋ ਗਈ ਸੀਗੀ। ਤਾਂ ਇੱਕ ਮੌਕੇ ਤੇ ਤਾਂ ਸਿੱਧਾ ਨਾਂ ਲੈ ਕੇ ਪਾੜਾ ਸਾਹਿਬ ਨੇ ਕਹਿ ਦਿੱਤਾ ਸੀ ਪਿੱਛੇ ਦੇ ਕਿ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਪਾਰਟੀ ਦੇ ਵਿੱਚੋਂ। ਬਹਿਰਹਾਲ ਜਦੋਂ ਤਸਲਬਾਜੀ ਹੁਣ ਇੱਥੇ ਤੱਕ ਪਹੁੰਚ ਗਈ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਸ਼ਾਇਦ ਟਿਕਟ ਐਤਕੀ ਵੀ ਨਹੀਂ ਮਿਲੂਗੀ, ਸੋ ਇਹਨਾਂ ਨੇ ਫਿਰ ਆਪਣਾ ਰਸਤਾ ਜਿਹੜਾ ਉਹ ਆਪ ਚੁਣਨ ਦਾ ਮਨ ਬਣਾ ਲਿਆ। ਆਮ ਆਦਮੀ ਪਾਰਟੀ ਹਾਲ ਤਾਂ ਤੁਹਾਨੂੰ ਪਤਾ ਹੀ ਹੈ, ਵੈਸੇ ਉਹ ਅੱਜ ਕੱਲ੍ਹ ਉਹਨਾਂ ਦਾ ਜਿਵੇਂ ਫਾਰਮੂਲਾ ਕਿ ਧੱਕੇ ਨੂੰ ਤੂੜੀ ਦੀ ਜ਼ਰੂਰਤ ਤੇ ਤੂੜੀ ਗਿੱਲੀ ਆ, ਹੁਣ ਬਈ ਲਿਖੇ ਲੱਗਣ ਦੀ ਜ਼ਰੂਰਤ ਹੈ, ਸਾਰਾ ਕੁਛ ਹੀ ਹੈ ਇਸ ਟਾਈਮ। ਮਾਫ਼ ਕਰਨਾ ਮੈਂ ਕਿਸੇ ਦੇ ਰਾਜਨੀਤਿਕ ਕੈਰੀਅਰ ਨੂੰ ਲੈ ਕੇ ਜਾਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਨਹੀਂ ਕਹਿ ਰਿਹਾ, ਕਹਿ ਇਸ ਸੰਦਰਭ ਵਿੱਚ ਰਿਹਾ ਕਿ ਦੋਵਾਂ ਦੀ ਜ਼ਰੂਰਤ ਆ। ਰਮਨ ਬਹਿਲ ਨੂੰ ਲੱਗਦਾ ਕਿਉਂਕਿ SS ਬੋਰਡ ਦੇ ਚੇਅਰਮੈਨ ਸਰ, ਇਹਨਾਂ ਨੂੰ ਇਹ ਲੱਗਦਾ ਹੈ ਕਿ ਮੈਨੂੰ ਉੱਥੋਂ ਟਿਕਟ ਨਹੀਂ ਮਿਲਦੀ, ਕਿਸੇ ਹੋਰ ਪਾਸੇ ਜਾਣ ਦੀ ਜ਼ਰੂਰਤ ਨਹੀਂ ਹੈ, ਤਾਂ ਆਪਾਂ ਉੱਧਰ ਜਾਈਏ। ਤੇ ਇਹਨਾਂ ਨੂੰ ਜ਼ਰੂਰਤ ਇਸ ਗੱਲ ਦੀ ਆ ਕਿ ਇਹਨਾਂ ਨੂੰ ਇੱਕ ਤਾਂ ਮਾਝੇ ਚੋਂ ਇੱਕ ਅੱਛਾ ਨੇਤਾ ਮਿਲ ਰਿਹਾ ਵਾ, ਔਰ ਦੂਜਾ ਹੈ ਕਿ ਹਿੰਦੂ ਭਾਈਚਾਰੇ ਚੋਂ ਮਿਲ ਰਿਹਾ ਹੈ। ਜੀ ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਮਾਲਵਾ ਖਿੱਤੇ ਦੀ ਧੁਨੀ ਮੋਗਾ ਵਿਖੇ ਗਰਜਣਗੇ ਕੇਜਰੀਵਾਲ, ਤੀਜੀ ਗਰੰਟੀ ਦਾ ਵੀ ਕਰ ਸਕਦੇ ਨੇ ਐਲਾਨ। ਪਤਾ ਨੀ ਇਹਨਾਂ ਦੀਆਂ ਹੁਣ ਗਰੰਟੀਆਂ ਕਿੱਥੋਂ ਤੱਕ ਜਾ ਕੇ ਰੁਕਣਗੀਆਂ, ਗਰੰਟੀਆਂ ਵਾਰੰਟੀਆਂ ਚੱਲਦੀਆਂ ਰਹਿਣੀਆਂ ਨੇ। ਸੋ ਗੱਲ ਮੋਗੇ ਦੀ ਕਰੀਏ ਤੇ ਪੁਸ਼ਟੀ ਹੋ ਰਹੀ ਆ, ਕਹਿੰਦੇ ਆ ਕਿ ਮਤਲਬ ਕਿ 14 ਨੂੰ ਆ ਰਹੇ ਆ ਇਹਨਾਂ ਦੇ ਜਿਹੜੇ ਆਪਣੇ
ਹੈਗੇ ਨੇ ਲੀਡਰ ਕੁਛ, ਉਸ ਗੱਲ ਦੀ ਪੁਸ਼ਟੀ ਤੇ ਕਰ ਰਹੇ ਨੇ, ਕਿਉਂਕਿ ਦੇਖੋ ਪੂਰਾ ਪ੍ਰੋਗਰਾਮ ਉਹ ਅੱਜ ਕੱਲ ਡਿਸਕਲੋਜ਼ ਵੀ ਨਹੀਂ ਕੀਤਾ ਜਾਂਦਾ, ਤੁਹਾਨੂੰ ਪਤਾ ਵਿਰੋਧ ਵਿਰਾਧ ਚੱਲ ਰਹੇ ਨੇ, ਕਾਫੀ ਵੱਡੇ ਪੱਧਰ ਤੇ ਵਿਰੋਧ ਹੋ ਜਾਂਦੇ, ਪਾਰਟੀਆਂ ਵੀ ਇੱਕ ਦੂਜੇ ਦਾ ਕਰਵਾ ਦਿੰਦੀਆਂ, ਕਿਸਾਨ ਤੇ ਕਰ ਹੀ ਰਹੇ ਨੇ, ਸੋ ਇਸ ਕਰਕੇ ਪੂਰਾ ਪ੍ਰੋਗਰਾਮ ਖੋਲਦੇ ਵੀ ਨਹੀਂ ਹੈ। ਤਾਂ ਇਹ ਦੱਸਿਆ ਜਾ ਰਿਹਾ, ਖਬਰ ਆ ਰਹੀ ਹੈ ਕਿ ਇਹਨਾਂ ਦੇ ਬੰਦੇ ਥੋੜੇ ਬਹੁਤੇ ਪੁਸ਼ਟੀ ਵੀ ਕਰਦੇ ਆ, ਅਧਿਕਾਰਤ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੈ ਕਿ ਕੀ ਹੋਏਗਾ ਕੀ ਨਹੀਂ ਹੋਏਗਾ, ਕਿੱਥੇ ਪ੍ਰੋਗਰਾਮ ਕਰ ਸਕਦੇ ਆ, ਕਿਹਨੂੰ ਸ਼ਾਮਿਲ ਕਰ ਸਕਦੇ ਆ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਵਾ ਕਿ 14 ਤਰੀਕ ਨੂੰ ਮੋਗਾ, ਤੁਹਾਨੂੰ ਪਤਾ ਹੀ ਹੈ ਅਹਿਮ ਆ, ਇਹ ਵੀ ਉੱਥੋਂ ਹੀ ਰੈਲੀਆਂ ਦੀ ਸ਼ੁਰੂਆਤ ਕਰਦੇ ਹੁੰਦੇ ਆ, ਅਕਾਲੀ ਵੀ ਇੱਥੋਂ ਹੀ ਸ਼ੁਰੂਆਤ ਕਰਦੇ ਹੁੰਦੇ ਆ, ਮੋਗਾ ਕਿਉਂਕਿ ਸੈਂਟਰ ਦੇ ਵਿੱਚ ਪੈ ਜਾਂਦਾ ਹੈ, ਮੋਗਾ ਚਾਹ ਜਾਊਗਾ, ਕਿਤੇ ਚਾਹ ਪੀ ਕੇ ਨਾ ਕੇਜਰੀਵਾਲ ਸਾਹਿਬ ਮੁੜ ਜਾਣ, ਕੋਈ ਧਮਾਕਾ ਵੀ ਕਰਨਗੇ, ਇਹ ਵੀ ਵੇਖਣਾ ਪਏਗਾ। ਪਰ 14 ਤਰੀਕ ਜਿਹੜੀ ਹੈ ਉਹਦੇ ਵਿੱਚ ਕੁਛ ਵੱਡਾ ਹੋ ਸਕਦਾ ਆ, ਹੋ ਸਕਦਾ ਆ। ਉਹਦੇ ਚ ਕੀ ਹੈ ਕਿ ਇੱਕ ਤਾਂ ਦੋ ਚੀਜ਼ਾਂ ਹੀ ਤੁਸੀਂ ਨੋਟ ਕਰਿਓ, ਇੱਕ ਤਾਂ ਸੋਨੂੰ ਸੂਦ ਨੇ ਥੋੜੇ ਦਿਨ ਪਹਿਲਾਂ ਇੱਕ ਪੋਲੀਟੀਕਲ ਸਟੇਟਮੈਂਟ ਦਿੱਤੀ ਆ, ਪੋਲੀਟੀਕਲ ਸਟੇਟਮੈਂਟ ਅਕਸਰ ਸੋਨੂੰ ਸੂਦ ਵਰਗਾ ਸੁਲਝਿਆ ਬੰਦਾ ਨਹੀਂ ਦਿੰਦਾ ਖੁੱਲੇ ਰੂਪ ਦੇ ਵਿੱਚ, ਤੇ ਉਹ ਆਮ ਤੌਰ ਤੇ ਚੁੱਪ ਹੀ ਕਰ ਜਾਂਦਾ ਹੁੰਦਾ। ਤਾਂ ਸੋਨੂੰ ਸੂਦ ਬੇਸਿਕਲੀ ਮੋਗੇ ਤੋਂ ਹੈ, ਤੇ ਤੁਹਾਨੂੰ ਯਾਦ ਹੋਣਾ ਹੈ ਕਿ ਸੋਨੂੰ ਸੂਦ ਇੱਕ ਇਹਨਾਂ ਦੇ ਪ੍ਰੋਗਰਾਮ ਦਾ ਅੰਬੈਸਡਰ ਵੀ ਬਣਿਆ ਸੀ, ਉਸ ਤੋਂ ਬਾਅਦ ਉਹਦੇ ਰੇਡਾਂ ਵੀ ਪਈਆਂ ਸੀ, ਕਿਉਂਕਿ ਪੰਜਾਬੀ ਉਹਦੇ ਤੇ ਨਾਜ਼ ਕਰਦੇ ਨੇ, ਮਾਣ ਕਰਦੇ ਨੇ, ਵੈਸੇ ਸਾਰਾ ਇੰਡੀਆ ਹੀ ਕਰਦਾ ਤਕਰੀਬਨ। ਤਾਂ ਜਦੋਂ ਇਹਨਾਂ ਨੇ ਛਾਪੇਮਾਰੀ ਕੀਤੀ ਸੀ, ਸਗੋਂ ਹਮਦਰਦੀ ਜਿਹੜੀ ਹੈ ਸੋਨੂੰ ਸੂਦ ਦੇ ਨਾਲ ਜੁੜੀ ਸੀਗੀ। ਤਾਂ ਇੱਕ ਤੇ ਇਹ ਹੋ ਸਕਦਾ ਕਿਉਂਕਿ ਉਹਦੀ ਭੈਣ ਜਿਹੜੀ ਮਾਲਵਿਕਾ ਹੈ, ਬੀਬੀ ਮਾਲਵਿਕਾ, ਉਹ ਵੀ ਇੱਥੇ ਬਹੁਤ ਜ਼ਿਆਦਾ ਐਕਟਿਵ ਆ, ਉਹਨਾਂ ਦੀ ਪਿੱਛੇ ਜੇ ਮੈਂ ਸੁਣਿਆ ਸੀਗਾ ਕਿ ਪਰਦੇ ਦੇ ਪਿੱਛੇ ਗੱਲਬਾਤ ਚੱਲ ਰਹੀ ਆ, ਕਿਉਂਕਿ ਸਿਟਿੰਗ MLA ਮੋਗਾ ਜਿਹੜਾ ਉਹਨਾਂ ਦੀ ਟਿਕਟ ਬਦਲੀ ਜਾ ਸਕਦੀ ਹੈ, ਜਾਂ ਉਹਨਾਂ ਦੀ ਰਿਪੋਰਟ ਨੈਗੇਟਿਵ ਹੋਏਗੀ ਇਹਨਾਂ ਦੇ ਸਰਵਿਆਂ 'ਚ। ਤਾਂ ਇਹ ਚਾਹੁੰਦੇ ਸਨ ਕਿ ਮਾਲਵਿਕਾ ਜਿਹੜੀ ਬੀਬੀ ਆ ਸੋਨੂੰ ਸੂਦ ਦੀ ਭੈਣ, ਕਿ ਇਹਨੂੰ ਇਧਰੋਂ ਕਾਂਗਰਸ ਮੰਨੀ ਉਤਾਰ ਦਿੱਤਾ ਜਾਵੇ। ਉਸ ਗੱਲ ਦਾ ਕੀ ਬਣਿਆ, ਕੀ ਅਫਵਾਹ ਸੀ ਜਾਂ ਕੁਛ ਵੀ, ਉਹ ਮੈਨੂੰ ਨਹੀਂ ਪਤਾ, ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਆਪਾਂ ਇੱਕ ਸੰਭਾਵਨਾ ਦੇ ਰੂਪ ਦੇ ਵਿੱਚ ਰੱਖ ਸਕਦੇ ਹਾਂ ਕਿ ਸ਼ਾਇਦ ਹੋ ਸਕਦਾ ਕਿ ਸੂਦ ਫੈਮਿਲੀ ਦਾ ਕੋਈ ਮੈਂਬਰ ਹੈ ਜਿਹੜਾ ਉਹ ਸਾਨੂੰ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਦਾ ਦਿਖ ਜਾਵੇ। ਇਹ ਐਸੀ ਕਿਆਸ ਰਾਈ ਹੈ, ਕੋਈ ਪੱਕੀ ਗੱਲ ਨਹੀਂ ਕਹਿ ਸਕਦੇ, ਆਪਾਂ ਅੰਦਾਜ਼ਾ ਹੀ ਆਉਣ ਦੀ ਗੱਲ। ਜੀ ਜੀ, ਤੇ ਅਗਲੀ ਗੱਲ ਕਰ ਲਈਏ, FSL ਰਿਪੋਰਟ 'ਚ ਹੋਇਆ ਖੁਲਾਸਾ, ਆਸ਼ੀਸ਼ ਮਿਸ਼ਰਾ ਤੇ ਉਸਦੇ ਦੋਸਤ ਦੀ ਰਾਈਫਲ ਤੋਂ ਚੱਲੀ ਸੀ ਗੋਲੀ। ਜੀ ਵੱਡੀ ਖਬਰ ਹੈ ਜੀ, ਇਹ ਵੱਡੀ ਖਬਰ ਹੈ, ਇਹ ਬਹੁਤ ਵੱਡੀ ਖਬਰ ਹੈ ਮੇਰੇ ਖਿਆਲ ਦੇ ਨਾਲ, ਔਰ ਜੇ ਕਿਸਾਨੀ ਸੰਘਰਸ਼ ਦੇ ਪਰਿਪੇਖ ਚੋਂ ਆਪਾਂ ਕੋਈ ਇੱਕ ਹੋਰ ਵੱਡੀ ਖਬਰ ਚੁੱਕਣੀ ਹੋਵੇ ਤਾਂ ਉਹ ਇਹ ਹੈ ਕਿ ਗੁਰਨਾਮ ਸਿੰਘ ਚੜੂਮੀ ਨੇ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ, ਔਰ ਉਹਨਾਂ ਦਾ ਇੱਕ ਪਾਠਕ ਵੀ ਨਜ਼ਰ ਆ ਰਿਹਾ ਵਾ, ਤੇ ਪਾਠਕ ਜਿਹੜਾ ਉਹ ਇੰਨਾ ਵਧਿਆ, ਅੱਜ SKM ਦੀ ਮੀਟਿੰਗ ਸੀ, ਉਹਦੇ ਵਿੱਚ ਚੜੂਨੀ ਗਰੁੱਪ ਹੈ ਜਿਹੜਾ ਮੰਗ ਕਰ ਰਿਹਾ ਸੀਗਾ ਕਿ ਐਲਾਨ ਕਰੋ ਕਿ ਆਪਾਂ ਦਿੱਲੀ ਕੂਚ ਕਰਨਾ, ਉਹ ਕਹਿੰਦੇ ਕਿ ਨਹੀਂ ਅਸੀਂ ਆਪਣੇ ਢੰਗ ਨਾਲ ਚੱਲਾਂਗੇ, 500-500 ਦੇ ਜਥੇ ਜਾਣਗੇ ਸੰਸਦ ਦਾ ਘਿਰਾਓ ਕਰਨ, ਇਹ ਕਹਿੰਦੇ ਕਿ ਨਹੀਂ ਸਾਰੇ ਹੀ ਦਿੱਲੀ ਕੂਚ ਕਰੋ। ਤਾਂ ਉਹ ਤੋਂ ਬਾਅਦ ਬਾਹਰ ਆ ਕੇ ਚੜੂਨੀ ਗਰੁੱਪ ਨੇ ਨਾਅਰੇਬਾਜ਼ੀ ਕੀਤੀ ਹੈ, ਤਾਂ ਤੁਸੀਂ ਸਮਝ ਲਓ ਕਿ ਦੂਰੀਆਂ ਕਿੰਨੀਆਂ ਵੱਧ ਰਹੀਆਂ ਨੇ, ਇਹ ਮੋਰਚਾ ਕਿੱਧਰ ਨੂੰ ਵੱਧ ਰਿਹਾ। 26 ਨਵੰਬਰ ਵਾਲੇ ਦਿਨ ਇਹ ਤਾਂ ਐਲਾਨ ਕਰ ਚੁੱਕੇ ਆ SKM ਵਾਲੇ ਕਿ 500-500 ਬੰਦਿਆਂ ਦਾ, ਮਤਲਬ ਕਿ ਜਾਂ 500-500 ਟਰੈਕਟਰ ਜਿਹੜੇ ਆ ਉਹ ਸੰਸਦ ਨੂੰ ਕੂਚ ਕਰੂਗੇ, ਕਿਉਂਕਿ ਉਦੋਂ ਤੱਕ ਸਰਦ ਰੁੱਤ ਦਾ ਸੈਸ਼ਨ ਜਿਹੜਾ ਉਹ ਸ਼ੁਰੂਆਤੀ ਮੋੜ ਦੇ ਵਿੱਚ ਆ ਜਾਏਗਾ। ਤਾਂ ਇਹ ਤਾਂ ਹੈ ਇਧਰਲੇ ਪੱਖ ਤੋਂ ਜੋ ਮੈਂ ਤੁਹਾਨੂੰ ਸਹੀ ਗੱਲ ਦੱਸੀ ਹੈ, ਹੁਣ ਤੱਕ ਆਨ ਰਿਕਾਰਡ ਆਪਾਂ ਤੁੱਕੇਮਾਰੀ ਨਹੀਂ ਕਰਦੇ ਕਿ ਕੀ ਚੱਲ ਰਿਹਾ ਕੀ ਹੋਏਗਾ, ਉਹ ਗੱਲਾਂ ਆਪਾਂ ਸਮੇਂ ਦਰ ਸਮੇਂ ਕਰਦੇ ਵੀ ਆਏ ਹਾਂ, ਇਹਨਾਂ ਲੀਡਰਾਂ ਦੀ ਆਲੋਚਨਾ ਵੀ ਹੁੰਦੀ ਆ, ਸਾਰਾ ਕੁਛ ਹੀ ਹੈ, ਜਿੱਥੇ ਚੰਗੀ ਗੱਲ ਕਰਦੇ ਉੱਥੇ ਚੰਗੀ ਵੀ ਹੋ ਜਾਂਦੀ ਹੈ। ਤਾਂ ਦੇਖੋ ਹੁਣ ਅੱਗੇ ਜਾ ਕੇ ਕੀ ਇਹਦਾ ਸਿੱਟਾ ਨਿਕਲੇਗਾ, ਪਰ ਚੜੂਨੀ ਸਾਹਿਬ ਨੇ ਪੰਜਾਬ ਦੇ ਵਿੱਚ ਆਪਣੀ ਜਿਹੜੀ ਇਲੈਕਸ਼ਨ ਦੀ ਮੁਹਿੰਮ ਹੈ ਉਹ ਆਰੰਭ ਦਿੱਤੀ ਆ, ਪਰ ਆਪਣੀ ਮੁਹਿੰਮ ਆਰੰਭ ਕੇ ਦੂਜਿਆਂ ਦਾ ਵਿਰੋਧ ਕਰਨਾ ਕੀ ਡੈਮੋਕ੍ਰੇਸੀ ਦੇ ਵਿੱਚ ਜਾਇਜ਼ ਹੈ, ਸਵਾਲ ਉੱਠੇਗਾ। ਰਾਜਨੀਤੀ ਚਾਹੋ ਵੈਲਕਮ ਆ, ਰਾਜਨੀਤੀ ਚਾਹੋ ਸਵਾਗਤ ਆ, ਇਹਦੇ ਚ ਕੋਈ ਦਿੱਕਤ ਨਹੀਂ, ਪਰ ਦੂਜੇ ਤਾਂ ਦੇਖੋ ਉਹ ਵੀ ਅਧਿਕਾਰ ਰੱਖਦੇ ਆ ਨਾ ਰਾਜਨੀਤੀ ਕਰਨ ਦਾ। ਜੇਕਰ ਹਰਿਆਣੇ ਚ ਆ ਕੇ ਬੰਦਾ ਪੰਜਾਬ ਦੇ ਵਿੱਚ ਰਾਜਨੀਤੀ ਕਰ ਰਿਹਾ ਸੀ, ਵੈਲਕਮ ਕਰ ਰਹੇ ਹਾਂ, ਤਾਂ ਜਿਹੜੇ ਪੰਜਾਬੀ ਬੰਦੇ ਨੇ ਜੋ ਵੱਖ ਵੱਖ ਪਾਰਟੀਆਂ ਚ ਕੰਮ ਕਰਦੇ, ਕੀ ਉਹਨਾਂ ਦੇ ਡੈਮੋਕ੍ਰੇਟਿਕ ਹੱਕ ਨਹੀਂ ਹੋਣਗੇ? ਬੜੀ ਵੱਡੀ ਬਹਿਸ ਚੱਲੇਗੀ ਆਉਣ ਵਾਲੇ ਦਿਨਾਂ ਚ, ਤੁਸੀਂ ਦੇਖੀ ਜਾਇਓ। ਦੂਜੀ ਚੀਜ਼, ਅੱਛਾ
ਇਹਦੇ ਵਿੱਚ ਇਹ ਆ ਕਿ ਜੇ ਮੰਨ ਲਓ ਇਹਨਾਂ ਦੀ ਫੇਲੀਅਰ ਹੁੰਦੀ ਆ ਇਲੈਕਸ਼ਨ ਦੇ ਵਿੱਚ, ਕਿਉਂਕਿ ਇੱਕ ਗਰੁੱਪ ਦੀ ਫੇਲੀਅਰ ਨਹੀਂ ਗਿਣੀ ਜਾਣੀ, ਭਾਜਪਾ ਨੂੰ ਬਹੁਤ ਵੱਡੇ ਪੱਧਰ ਤੇ ਇੰਡੀਆ 'ਚ ਪ੍ਰਚਾਰੇਗੀ ਕਿ ਪੰਜਾਬ ਦੇ ਕਿਸਾਨਾਂ ਨੇ ਹੀ ਇਹਨਾਂ ਨੂੰ ਰੱਦ ਕਰ ਦਿੱਤਾ, ਅਸਲੀ ਕਿਸਾਨ ਤਾਂ ਇਹਨਾਂ ਦੇ ਵਿਰੋਧ ਦੇ ਵਿੱਚ ਵੋਟ ਪਾ ਰਿਹਾ, ਇਹ ਤਾਂ ਫਰਜ਼ੀ ਕਿਸਾਨ ਨੇ, ਤਥਾ ਕਥਿਤ ਹੀ ਕਹਿੰਦੇ ਆ ਨਾ, ਇਹ ਤੇ ਤਥਾ ਕਥਿਤ ਕਿਸਾਨ ਨੇ। ਸੋ ਇਸ ਕਰਕੇ ਇਸ ਪੱਖ ਤੋਂ ਵੀ ਬਹਿਸ ਚੱਲੇਗੀ, ਇਹ ਪਟਕ ਹੋਰ ਵਧਣ ਦੀ ਸੰਭਾਵਨਾ, ਪਰ ਅਸੀਂ ਦੁਆ ਕਰਨੇ ਆ ਕਿ ਜਿਹੜੇ ਵਿਚਾਰੇ ਬੈਠੇ ਆ ਇੱਕ ਸਾਲ ਤੋਂ ਕੀ ਇੱਥੇ ਤਾਂ 1.5 ਸਾਲ ਤੋਂ ਬੈਠੇ ਆ, ਉਹਨਾਂ ਦਾ ਨਿਬੇੜਾ ਹੋਣਾ ਚਾਹੀਦਾ। ਦੂਜੀ ਗੱਲ ਜਿਹੜੀ ਆ ਲਖੀਮਪੁਰ ਵਾਲੀ ਘਟਨਾ ਦੇ ਸੰਦਰਭ ਦੇ ਵਿੱਚ ਤੁਸੀਂ ਥੋੜੀ ਦੱਸੀ ਹੈ, ਮੈਨੂੰ ਥੋੜਾ ਜਿਹਾ ਹੋਰ ਖੋਲ ਦਿੰਦਾ ਕਿ ਦੋ ਅਸਲੇ ਸੀਗੇ ਜਿਹਨਾਂ ਦੇ ਵਿੱਚੋਂ ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ। ਸੋ ਇਹ ਜਿਹੜੀ ਹੁੰਦੀ ਹੈ ਇੱਕ ਫੋਰੈਂਸਿਕ ਕਹਿ ਲਓ ਕਿ ਜਾਂਚ ਪੜਤਾਲ ਹੁੰਦੀ ਹੈ, ਉਹਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਸ ਅਸਲਾ ਨੰਬਰ ਦੇ ਵਿੱਚੋਂ ਗੋਲੀ ਚੱਲੀ ਆ, ਉਹ ਸਾਰਾ ਕੁਛ ਹੁੰਦਾ, ਤੁਹਾਨੂੰ ਪਤਾ ਰਿਕਾਰਡ 'ਚ ਹੁੰਦੀਆਂ ਨੇ ਇਹ ਸਾਰੀਆਂ ਚੀਜ਼ਾਂ। ਤੋ ਇੱਕ ਪੁਸ਼ਟੀ ਜਿਹੜੀ ਹੁੰਦੀ ਹੈ ਉਹ ਅਦਾਲਤ ਦੇ ਵਿੱਚ ਇੱਕ ਸਬੂਤ ਬਣ ਜਾਂਦਾ ਹੈ। ਔਰ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਵੀਡੀਓ ਦੇ ਵਿੱਚ ਠਾ ਠਾ ਦੀ ਆਵਾਜ਼ ਆਈ ਸੀਗੀ ਤੇ ਇਹ ਮੰਨ ਨਹੀਂ ਸੀ ਰਿਹਾ, ਭਾਜਪਾ ਦਾ ਕੋਈ ਬੰਦਾ ਕਿਸੇ ਚੈਨਲ ਤੇ ਮੰਨਿਆ ਨਹੀਂ ਸੀ, ਇਹ ਮੁੱਕਰ ਗਏ ਸੀ, ਮਾਰੇ ਮੁੱਕਰੇ ਦਾ ਇਲਾਜ ਕੋਈ ਨਾ ਕੋਈ ਸਾਥੀ ਨਾ ਜੱਗ ਤੋਂ ਚੱਲਿਆ ਦਾ, ਇਹ ਮੁੱਕਰ ਹੀ ਗਏ ਸੀਗੇ। ਪਰ ਅੱਜ ਕਹਿ ਲਓ ਕਿ ਜੇ ਇਸ ਗੱਲ ਦੀ ਪੁਸ਼ਟੀ ਹੁੰਦੀ ਆ ਤੇ ਫਿਰ ਤੇ ਰਾਜਕਰਨਵੀਰ ਸਿੰਘ ਜੀ ਇਹ ਜਿਹੜਾ ਮੁੰਡਾ ਜਿਹਨੇ ਚੰਨ ਚਾੜਿਆ ਸਾਰਾ ਕੁਛ ਕੀਤਾ ਵਾ, ਇਹਦੇ ਤੇ ਵੀ ਕੇਸ ਗੰਭੀਰ ਬਣਦਾ। ਔਰ ਇਸ ਤੋਂ ਇਲਾਵਾ ਇਹਦੇ ਪਿਓ ਨੂੰ ਵੀ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਤੂੰ ਤਾਂ ਝੂਠ ਤੇ ਝੂਠ ਮਾਰੀ ਜਾ ਰਿਹਾ ਸੀ। ਔਰ ਭਾਜਪਾ ਦੇ ਵੀ ਜਿਹੜੇ ਪ੍ਰਵਕਤਾ ਤਰਜਮਾਨ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਵੀ ਸ਼ਰਮਸਾਰ ਹੋਣਾ ਚਾਹੀਦਾ ਕਿ ਤੁਸੀਂ ਬਿਨਾਂ ਗੱਲ ਤੋਂ ਧੀਰਤਾ ਦੇ ਨਾਲ ਹੀ ਡਿਫੈਂਡ ਕਰਦੇ ਰਹਿੰਦੇ ਹੋ ਇੱਕ ਬੰਦੇ ਨੂੰ। ਜੀ ਜੀ ਉਹਨਾਂ ਨੇ ਤਾਂ ਮਿੱਥਿਆ ਹੀ ਆ ਜੀ, ਜੋ ਮਰਜ਼ੀ ਹੋ ਜੇ ਇਹਨਾਂ ਨੂੰ ਇਹਨਾਂ ਨੇ ਡਿਫੈਂਡ ਕਰਨਾ ਹੀ ਕਰਨਾ ਹੈਗਾ ਆ। ਅਗਲੀ ਆਪਾਂ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਭਾਜਪਾ ਆਗੂ ਦੇ ਇੱਕ ਬੋਲ ਕਹਿੰਦਾ ਵੀ ਬਾਹਮਣ ਤੇ ਬਾਣੀ ਹੈ ਸਾਡੀ ਜੇਬ 'ਚ, ਹੱਦ ਹੋ ਗਈ ਆ। ਇਹ ਉਹੀ ਵਰਗ ਨੇ ਜਿਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਹੁਣ ਤੱਕ। ਭਾਜਪਾ ਨੂੰ ਬਣੀਆਂ ਦੀ ਪਾਰਟੀ ਕਹਿੰਦੇ ਹੁੰਦੇ ਸੀਗੇ, ਸ਼ਾਇਦ ਤੁਸੀਂ ਇਹ ਸੁਣਿਆ ਹੋਵੇ ਕਿਤੇ ਸਲੋਗਨ। ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਵੀ ਇਹਨਾਂ ਨੂੰ, ਕਿਉਂਕਿ ਇਹਨਾਂ ਦੀ ਪਾਰਟੀ ਦੇ ਨਾਮ ਬਦਲਦੇ ਆਏ ਨੇ, ਹੈ ਤਾਂ ਹਿੰਦੂ ਵਿਚਾਰਧਾਰਾ ਚੋਂ ਜਿਹੜੀ ਨਿਕਲੀ ਪਾਰਟੀ ਹੈ ਤਾਂ ਇਹਦੇ ਨਾਂ ਬਦਲੇ ਆਏ ਆ, ਤੇ 80 ਤੋਂ ਬਾਅਦ ਫਿਰ ਭਾਰਤੀ ਜਨਤਾ ਪਾਰਟੀ ਹੋ ਜਾਂਦੀ ਹੈ। ਤਾਂ ਤਦ ਤੱਕ ਇਹਨਾਂ ਦੀ ਵਿਚਾਰਧਾਰਕ ਜਿਹੜੀ ਰਾਜਨੀਤੀ ਸੀ ਉਹਨੂੰ ਬਣੀਆਂ ਦੀ ਪਾਰਟੀ ਕਹਿ ਜਾਂਦੇ, ਬਾਣੀਆਂ ਦੀ ਪਾਰਟੀ। ਉਸ ਤੋਂ ਬਾਅਦ ਫਿਰ ਕਹਿ ਲਓ ਕਿ ਬ੍ਰਾਹਮਣ ਸਮਾਜ ਆ ਜਿਹੜਾ ਉਹ ਵੀ ਜੁੜ ਗਿਆ ਨਾਲ, ਤੇ ਹੁਣ ਇਹ ਕਿਹਾ ਸੀ ਆ ਗੱਲਾਂ ਕਰਦੇ ਆ ਛਿੰਦਾ ਸਿਲਾ ਕਿ ਜਿਹਨਾਂ ਨੇ ਤੁਹਾਨੂੰ 2 ਸੀਟਾਂ ਕਿੱਥੋਂ ਤੱਕ 300 ਟਪਾਤਾ, ਹੈ ਤੁਹਾਨੂੰ ਦੁਨੀਆਂ ਦਾ ਸਭ ਤੋਂ ਵੱਡਾ ਸੰਗਠਨ ਬਣਾਤਾ, ਤੁਸੀਂ ਕਹਿ ਰਹੇ ਹੋ ਕਿ ਸਾਡੀ ਜੇਬ ਦੇ ਵਿੱਚ ਆ। ਬੜੀ ਮੈਂ ਤਾਂ ਕਹੂੰਗਾ ਕਿ ਅਪਮਾਨਜਨਕ ਗੱਲ ਆ। ਮੁਰਲੀ ਤਾਂ ਰਾਵ ਕੋਈ ਛੋਟਾ ਮੋਟਾ ਨਹੀਂ, ਮੱਧ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦਾ ਇੰਚਾਰਜ ਆ, ਕਿ ਤੁਸੀਂ ਕਿਸੇ ਨੂੰ ਇਹ ਕਹਿ ਰਹੇ ਕਿ ਮੇਰੀ ਜੇਬ ਦੇ ਵਿੱਚ ਦਾ ਕੀ ਮਤਲਬ ਹੁੰਦਾ ਹੈ, ਪੰਜਾਬੀ 'ਚ ਇਹਦਾ ਮਤਲਬ ਪਤਾ ਕੀ ਹੁੰਦਾ। ਕੋਈ ਤਿੜਿਆ ਬੰਦਾ, ਕੋਈ ਐਸਾ ਬੰਦਾ, ਪਾਵਰਫੁੱਲ ਬੰਦਾ ਜਿਹਦੇ ਕੋਲੋਂ ਸਾਰੀ ਚਾਲੂ ਹੋਣ, ਉਹ ਕਹਿੰਦਾ ਫਲਾਣਾ ਫਲਾਣਾ ਤਾਂ ਮੇਰੇ ਬੋਝੇ 'ਚ, ਮਤਲਬ ਕਿ ਮੇਰਾ ਖਰੀਦਿਆ ਹੋਇਆ। ਇਹਦੀ ਵਿਆਖਿਆ ਕੁਛ ਇਸ ਤਰ੍ਹਾਂ ਕੀਤੀ ਜਾਂਦੀ ਆਮ ਬੋਲ ਚੱਲਦੀ ਭਾਸ਼ਾ 'ਚ। ਇਸੇ ਕਰਕੇ ਕਾਂਗਰਸ ਨੇ ਸਵਾਲ ਚੁੱਕੇ ਆ, ਉਹਨਾਂ ਨੇ ਆਖਿਆ ਕਿ ਨਹੀਂ ਭਾਈ ਸਾਡੇ ਨਾਲ ਵੀ, ਅਸੀਂ ਵੀ ਇਹਨਾਂ ਵਰਗਾਂ ਦੀ, ਇਹਨਾਂ ਸਮਾਜਾਂ ਦੀ ਅਸੀਂ ਵੀ ਨੁਮਾਇੰਦਗੀ ਕਰਦੇ। ਗੱਲ ਤੇ ਉਹਨਾਂ ਨੇ ਚੱਲ ਰਾਜਨੀਤੀ ਕਰਨੀ, ਪਰ ਇਹਨਾਂ ਦੇ ਆਪਣੇ ਬੰਦੀ ਕਿਸ ਤਰ੍ਹਾਂ ਦੀ ਬੋਲਬਾਣੀ ਰੱਖਦੇ ਆ। ਸੰਜੇ ਨਿਸ਼ਾਦ ਜਿਹੜਾ ਇਹਨਾਂ ਦਾ ਅਲਾਇੰਸ ਪਾਰਟਨਰ ਆ, ਉਹਨੇ ਇੱਥੋਂ ਤੱਕ ਕਹਿ ਦਿੱਤਾ। ਦੇਖੋ ਹੁਣ ਗੱਲ ਇਹ ਆ ਕਿ ਜੇ ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਅੱਜ ਨੂੰ ਉਹਦਾ ਘਰ ਵੀ ਸੜ ਗਿਆ ਹੁੰਦਾ ਮੇਰੇ ਖਿਆਲ ਦੇ ਨਾਲ, ਨਹੀਂ ਤਾਂ ਗਿੱਟਾ ਗੋਟਾ ਤੇ ਉਹਦਾ ਗਿਆ ਸੀ ਸਮਝੋ। ਜਾਂ ਫਿਰ UAP ਤਾਂ ਤੁਹਾਨੂੰ ਪਤਾ ਉਹ ਗਿਫਟ ਦੇ ਰੂਪ ਚ ਮਿਲੀ ਜਾਂਦਾ, ਕੋਈ ਟਵੀਟ ਕਰਕੇ ਵੀ ਕਹਿ ਦੇ ਤੇਰੇ ਪ੍ਰੈਸ ਬਣਨਾ ਹੀ, ਤਾਂ ਵੀ UAP ਹੈ। 102 ਬੰਦਿਆਂ ਤੇ UAP ਲਾ ਦਿੱਤਾ ਇਹਨਾਂ ਨੇ, ਜਿਹਨਾਂ ਨੇ ਸਿਰਫ ਤ੍ਰਿਪੁਰਾ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਆ। ਤੇ ਉਹ ਕੀ ਕਹਿ ਰਿਹਾ ਨਿਸ਼ਾਦ, ਉਹ ਕਹਿ ਰਿਹਾ ਕਿ ਰਾਮ ਦਰਸ਼ਨ ਦਾ ਮੁੰਡਾ ਹੀ ਨਹੀਂ ਸੀਗਾ, ਮਤਲਬ ਕਿ ਭਗਵਾਨ ਰਾਮ ਨੂੰ ਕਹਿੰਦੇ ਕਿ ਸਪੁੱਤਰ ਹੀ ਨਹੀਂ ਸਨ, ਦਸ਼ਰਥ ਜੀ ਦੇ ਸਪੁੱਤਰ ਹੀ ਨਹੀਂ ਸਨ। ਇਹ ਦੇਖੋ ਵੱਡੀ ਗੱਲ ਆ, ਉਹ ਕਹਿ ਰਿਹਾ ਕਿ ਜਿੱਦਾਂ ਅਖੀਰ ਖਾਨ ਨਾਲ ਵਾਕ ਥੋੜੀ ਹੁੰਦੀ ਆ ਬਹੁਤ। ਮੈਂ ਤਾਂ ਚਲੋ ਉਹਨਾਂ ਗੱਲਾਂ 'ਚ ਨਹੀਂ ਪੈਂਦਾ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਆ। ਤਾਂ ਸੰਜੇ ਨਿਸ਼ਾਦ ਬਾਰੇ ਇਹਨਾਂ ਦੇ ਕਿਸੇ ਵੱਡੇ ਆਗੂ ਦਾ ਹੁਣ ਤੱਕ ਕੋਈ ਬਿਆਨ ਵੀ ਨਹੀਂ ਆਇਆ, ਕਿਸੇ ਦਾ ਕੋਈ ਬਿਆਨ ਵੀ ਨਹੀਂ ਆਇਆ। ਸੋ ਇਸ ਗੱਲ ਤੇ ਦੇਖਣਾ ਪਏਗਾ ਕਿ ਇਹ ਜਿਸ ਤਰ੍ਹਾਂ ਬੋਲ ਰਹੇ ਨੇ, ਹੁਣ ਤਾਂ ਕਰਾਨਾ ਦੇ ਵਿੱਚ ਰੈਲੀ ਵੀ ਕਰ ਦਿੱਤੀ ਯੋਗੀ ਆਦਿੱਤਿਆ ਨਾਥ ਨੇ, ਇਸ ਤਰ੍ਹਾਂ ਦੀਆਂ ਧਾਰਮਿਕ ਬਹਿਸਾਂ ਜਿਹੜੀਆਂ
ਉਹ ਅੱਗੇ ਆਪਾਂ ਦੇਖਦੇ ਹਾਂ ਫਿਰਕੂ ਬਹਿਸਾਂ ਦੇ ਵਿੱਚ ਤਬਦੀਲ ਹੁੰਦੀ ਆ, ਪਰੰਤੂ ਇਹਨਾਂ ਦੇ ਆਪਣੇ ਬੰਦੇ ਕਿਸ ਤਰ੍ਹਾਂ ਦੀ ਗੋਲਬਾਣੀ ਰੱਖ ਕੇ ਚੱਲ ਰਹੇ ਆ, ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਆ ਕਿ ਇਹਨਾਂ ਨੂੰ ਸਬਕ ਛੇਤੀ ਸਿਖਾਉਣਗੇ ਲੋਕਾਂ। ਜੀ ਜੀ ਜੀ, ਅਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸੁਣਦੇ ਰਹੋ ਪੰਜਾਬੀ ਰੇਡੀਓ USA।